ਸਵਾਗਤ ਕੀਤਾ ਜਾਂਦਾ ਜੀ ਤੁਹਾਡੇ ਆਪਣੇ ਚੈਨਲ ਹਾਈ ਫਾਈ ਐਗਜ਼ਾਮ ਸਟੱਡੀ ਦੇ ਵਿੱਚ ਮੈਂ ਹਾਂ ਅੰਦਰ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਪੰਜਾਬ ਦੇ ਮੰਤਰੀ ਮੰਡਲ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਨੂੰ ਕਵਰ ਕਰਾਂਗੇ ਜੋ ਕਿ ਤੁਹਾਡੇ ਪੇਪਰ ਦੇ ਪੁਆਇੰਟ ਆਫ View ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸੋ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਣਾ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਕੈਪਟਨ ਅਮਰਿੰਦਰ ਸਿੰਘ ਦੀ ਤਾਂ ਕੈਪਟਨ ਅਮਰਿੰਦਰ ਸਿੰਘ ਵਰਤਮਾਨ ਸਮੇਂ ਪੰਜਾਬ ਦੇ ਮੁੱਖ ਮੰਤਰੀ ਹਨ ਜੇਕਰ ਵਿਭਾਗਾਂ ਦੀ ਗੱਲ ਸਾਇੰਸ ਐਂਡ ਟੈਕਨੋਲੋਜੀ ਤੇ ਪਾਵਰ ਸਰੋਤ ਵਰਗੇ ਵਿਭਾਗ ਨੇਗੇ ਜਿਹੜੇ ਉਹ ਕੈਪਟਨ ਅਮਰਿੰਦਰ ਸਿੰਘ ਕੋਲ ਹੀ ਹਨ ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਵਿਭਾਗ ਨੇਗੇ ਉਹ ਕੈਪਟਨ ਅਮਰਿੰਦਰ ਸਿੰਘ ਕੋਲ ਹਨ ਇਹ ਜਿਹੜੇ ਵਿਭਾਗ ਨੇਗੇ ਦੋ ਮੇਨਲੀ ਜੇਕਰ ਪੁੱਛਿਆ ਜਾਂਦਾ ਵਾ ਵੀ ਸਾਇੰਸ ਐਂਡ ਟੈਕਨੋਲੋਜੀ ਦੇ ਮੰਤਰੀ ਕੌਣ ਨੇ ਤਾਂ ਉਹ ਵੀ ਕੈਪਟਨ ਅਮਰਿੰਦਰ ਸਿੰਘ ਨੇ ਜੇਕਰ ਪਾਵਰ ਸਰੋਤ ਦੇ ਮੰਤਰੀ ਪੁੱਛਿਆ ਜਾਂਦਾ ਤਾਂ ਉਹ ਵੀ ਕੈਪਟਨ ਅਮਰਿੰਦਰ ਸਿੰਘ ਜੀ ਹੀ ਹਨ ਅੱਗੇ ਗੱਲ ਕਰਦੇ ਆ ਜੀ ਬ੍ਰਹਮ ਮਹਿੰਦਰਾ ਦੀ ਜੋ ਕਿ ਕੈਬਨਿਟ ਮਿਨਿਸਟਰ ਨੇ ਇਹਨਾਂ ਦੇ ਕੋਲ ਜਿਹੜੇ ਵਿਭਾਗ ਨੇਗੇ ਉਹ ਇਹ ਹਨ ਨਵੇਂ ਸਥਾਨਕ ਸਰਕਾਰ ਅਤੇ ਸੰਸਦੀ ਮਾਮਲਿਆਂ ਦੀ ਜਿਹੜੀ ਦੇਖਰੇਖ ਵੀ ਬ੍ਰਹਮ ਮਹਿੰਦਰਾ ਕਰਦੇ ਨੇ। ਪ੍ਰਸ਼ਨ ਇਹ ਪੁੱਛਿਆ ਜਾ ਸਕਦਾ ਵੀ ਨਵੇਂ ਸਥਾਨਕ ਸਰਕਾਰ ਮੰਤਰੀ ਕੌਣ ਹਨ? ਤਾਂ ਹਨ ਜੀ ਬ੍ਰਹਮ ਮਹਿੰਦਰਾ। ਅੱਗੇ ਗੱਲ ਕਰਦੇ ਹਾਂ ਜੀ ਓਮ ਪ੍ਰਕਾਸ਼ ਸੋਨੀ ਦੀ ਜੋ ਕਿ ਕੈਬਨਿਟ ਮਨਿਸਟਰ ਨੇ ਜਿਨ੍ਹਾਂ ਦੇ ਕੋਲ ਮੈਡੀਕਲ ਸਿੱਖਿਆ ਅਤੇ ਫੂਡ ਪ੍ਰੋਸੈਸਿੰਗ ਵਰਗੇ ਵਿਭਾਗ ਹਨ। ਜੇਕਰ ਪੁੱਛਿਆ ਜਾਂਦਾ ਵਾ ਵੀ ਮੈਡੀਕਲ ਸਿੱਖਿਆ ਦੇ ਮੰਤਰੀ ਕੌਣ ਹਨ? ਤਾਂ ਓਮ ਪ੍ਰਕਾਸ਼ ਸੋਨੀ। ਜੇਕਰ ਪੁੱਛਿਆ ਜਾਂਦਾ ਵੀ ਪੰਜਾਬ ਦੇ ਫੂਡ ਪ੍ਰੋਸੈਸਿੰਗ ਦੇ ਮੰਤਰੀ ਕੌਣ ਹਨ ਤਾਂ ਓਮ ਪ੍ਰਕਾਸ਼ ਸੋਨੀ ਅੱਗੇ ਗੱਲ ਕਰਦੇ ਹਾਂ ਜੀ ਕੈਬਨਿਟ ਮਿਨਿਸਟਰ ਸਾਧੂ ਸਿੰਘ ਧਮੋਟ ਦੀ ਤਾਂ ਸਾਧੂ ਸਿੰਘ ਧਮੋਟ ਕੋਲ ਦੋ ਵਿਭਾਗ ਹਨ ਇੱਕ ਹੈਗਾ ਜੰਗਲਾਤ ਵਿਭਾਗ ਤੇ ਦੂਸਰਾ ਹੈਗਾ ਜੀ ਅਨੁਚੋਿਤ ਜਾਤੀਆਂ ਭਲਾਈ ਵਿਭਾਗ ਇਹ ਜਿਹੜੇ ਦੋਨੋਂ ਵਿਭਾਗ ਹਨ ਇਹ ਸਾਧੂ ਸਿੰਘ ਧਮੋਟ ਕੋਲ ਹਨ ਜੇਕਰ ਪੁੱਛਿਆ ਜਾਂਦਾ ਬਈ ਪੰਜਾਬ ਦੇ ਜੰਗਲਾਤ ਮੰਤਰੀ ਕੌਣ ਹਨ ਤਾਂ ਸਾਧੂ ਸਿੰਘ ਧਮੋਟ ਹਨ ਜੇਕਰ ਪੁੱਛਿਆ ਜਾਂਦਾ ਪ੍ਰਸ਼ਨ ਦੇ ਵਿੱਚ ਵੀ ਅਨੁਸੂਚਿਤ ਜਾਤੀਆਂ ਭਲਾਈ ਵਿਭਾਗ ਦੇ ਨਾਲ ਸੰਬੰਧਿਤ ਮੰਤਰੀ ਕੌਣ ਹਨ ਤਾਂ ਉਹ ਵੀ ਸਾਧੂ ਸਿੰਘ ਢਮੋਂਟ ਹਨ ਅੱਗੇ ਗੱਲ ਕਰਦੇ ਹਾਂ ਜੀ ਤ੍ਰਿਪਤ ਰਜਿੰਦਰ ਬਾਜਵਾਦੀ ਜੋ ਕਿ ਕੈਬਨਿਟ ਮਿਨਿਸਟਰ ਨੇ ਇਹਨਾਂ ਦੇ ਕੋਲ ਪਸ਼ੂ ਪਾਲਣ ਡੈਰੀ ਅਤੇ ਮੱਛੀ ਪਾਲਣ ਪਿੰਡੂ ਵਿਕਾਸ ਅਤੇ ਪੰਚਾਇਤੀ ਅਤੇ ਉੱਚ ਸਿੱਖਿਆ ਵਰਗੇ ਵਿਭਾਗ ਹਨ ਜੇਕਰ ਪੁੱਛਿਆ ਜਾਂਦਾ ਵਾ ਵੀ ਪੰਜਾਬ ਦੇ ਪਸ਼ੂ ਪਾਲਣ ਡੈਰੀ ਅਤੇ ਮੱਛੀ ਪਾਲਣ ਮੰਤਰੀ ਕੌਣ ਹਨ ਤਾਂ ਤ੍ਰਿਪਤ ਬਾਜਵਾ ਤੇ ਜੇਕਰ ਪੁੱਛਿਆ ਜਾਂਦਾ ਵਾ ਪਿੰਡ ਵਿਕਾਸ ਅਤੇ ਪੰਚਾਇਤੀ ਮੰਤਰੀ ਕੌਣ ਹਨ ਤੋ ਵੀ ਤ੍ਰਿਪਤ ਰਜਿੰਦਰ ਬਾਜਵਾ ਹਨ ਇੱਥੇ ਇੱਕ ਗੱਲ ਨੂੰ ਹੋਰ ਯਾਦ ਰੱਖਣਾ ਤੁਸੀਂ ਇੱਥੇ ਉੱਚ ਸਿੱਖਿਆ ਦੀ ਗੱਲ ਹੋ ਰਹੀ ਆ ਉੱਚ ਸਿੱਖਿਆ ਦੇ ਜਿਹੜੇ ਮੰਤਰੀ ਨੇਗੇ ਉਹ ਤ੍ਰਿਪਤ ਰਜਿੰਦਰ ਬਾਜਵਾ ਨੇ ਇਹ ਗੱਲ ਨੂੰ ਯਾਦ ਰੱਖਣਾ ਤੁਸੀਂ ਉੱਚ ਸਿੱਖਿਆ ਦੀ ਗੱਲ ਹੋ ਰਹੀ ਆ ਸਕੂਲੀ ਸਿੱਖਿਆ ਦੀ ਨਹੀਂ ਹੋ ਰਹੀ ਅੱਗੇ ਗੱਲ ਕਰਦੇ ਆ ਜੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਜੋ ਕਿ ਪੰਜਾਬ ਦੇ ਖੇਡ ਮੰਤਰੀ ਨੇ ਹਨਰੀ ਮਾਮਲਿਆਂ ਦੀ ਵੀ ਜਾਂਚ ਜਿਹੜੀ ਉਹ ਰਾਣਾ ਗੁਰਮੀਤ ਸਿੰਘ ਸੋਢੀ ਹੀ ਕਰਦੇ ਨੇ ਅੱਗੇ ਗੱਲ ਕਰਦੇ ਹਾਂ ਜੀ ਚੰਨਜੀਤ ਸਿੰਘ ਚੰਨੀ ਦੀ ਜੋ ਕਿ ਪੰਜਾਬ ਦੇ ਕੈਬਨਿਟ ਮੰਤਰੀ ਨੇ ਜਿਨ੍ਹਾਂ ਦੇ ਕੋਲ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਟੂਰਿਜ਼ਮ ਅਤੇ ਸੱਭਿਆਚਾਰਕ ਮਾਮਲਿਆਂ ਦੇ ਜਿਹੜੇ ਵਿਭਾਗ ਹਨ ਜੇਕਰ ਪੁੱਛਿਆ ਜਾਂਦਾ ਵਾ ਵੀ ਤਕਨੀਕੀ ਸਿੱਖਿਆ ਉਦਯੋਗਿਕ ਦੇ ਮੰਤਰੀ ਕੌਣ ਹਨ ਪੰਜਾਬ ਦੇ ਤਾਂ ਚੰਨਜੀਤ ਸਿੰਘ ਚੰਨੀ ਜੇਕਰ ਪੁੱਛਿਆ ਜਾਂਦਾ ਵੀ ਪੰਜਾਬ ਦੇ ਟੂਰਿਜ਼ਮ ਅਤੇ ਸਬਿਆਚਾਰਕ ਮੰਤਰੀ ਕੌਣ ਨੇ ਤੋ ਵੀ ਚੰਨਜੀਤ ਸਿੰਘ ਚੰਨੀ ਹੀ ਹਨ ਅੱਗੇ ਗੱਲ ਕਰਦੇ ਆਂ ਜੀ ਪੰਜਾਬ ਦੇ ਕੈਬਨਿਟ ਮੰਤਰੀ ਅਰੂਣਾ ਚੌਧਰੀ ਦੀ ਤਾਰੂਣਾ ਚੌਧਰੀ ਕੋਲ ਮਹਿਲਾ ਅਤੇ ਬਾਲ ਵਿਕਾਸ ਦਾ ਜਿਹੜਾ ਵਿਭਾਗ ਆ ਉਹ ਆ ਜਾਂਦਾ ਵਾ ਇੱਥੇ ਪ੍ਰਸ਼ਨ ਇਹ ਪੁੱਛਿਆ ਜਾ ਸਕਦਾ ਵੀ ਪੰਜਾਬ ਦੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਕੌਣ ਹਨ ਤਾਂ ਉਹ ਹਨ ਜੀ ਅਰੂਣਾ ਚੌਧਰੀ ਅੱਗੇ ਗੱਲ ਕਰਦੇ ਆਂ ਜੀ ਰਜੀਆ ਸੁਲਤਾਨਾ ਦੀ ਜੋ ਕਿ ਪੰਜਾਬ ਦੀ ਕੈਬਨਿਟ ਮਨਿਸਟਰ ਆ ਇਹਨਾਂ ਦੇ ਕੋਲ ਜਲ ਸਪਲਾਈ ਅਤੇ ਸੈਨੀਟੇਸ਼ਨ ਅਤੇ ਟਰਾਂਸਪੋਰਟ ਵਰਗੇ ਜਿਹੜੇ ਮੰਤਰਾਲੇ ਹਨ ਜੇਕਰ ਪੁੱਛਿਆ ਜਾਂਦਾ ਵਾ ਵੀ ਤੁਹਾਨੂੰ ਪੰਜਾਬ ਦੇ ਜਲ ਸਪਲਾਈ ਮੰਤਰੀ ਕੌਣ ਨੇ ਤਾਂ ਉਹ ਹਨ ਜੀ ਰਜੀਆ ਸੁਲਤਾਨਾ ਜੇਕਰ ਪੁੱਛਿਆ ਜਾਂਦਾ ਵੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਕੌਣ ਨੇ ਤਾਂ ਉਹ ਵੀ ਰਜੀਆ ਸੁਲਤਾਨਾ ਹੀ ਹੋਣਗੇ ਅੱਗੇ ਗੱਲ ਕਰਦੇ ਹਾਂ ਜੀ ਸੁਖਜਿੰਦਰ ਸਿੰਘ ਰੰਧਾਵਾ ਦੀ ਜੋ ਕਿ ਪੰਜਾਬ ਦੇ ਕੈਬਨਿਟ ਮਿਨਿਸਟਰ ਨੇ ਜਿਨ੍ਹਾਂ ਦੇ ਕੋਲ ਜੇਲ੍ਹ ਵਿਭਾਗ ਆ ਜਾਂਦਾ ਹੈ ਜੇਕਰ ਪੁੱਛਿਆ ਜਾਂਦਾ ਵੀ ਪੰਜਾਬ ਦੇ ਜੇਲ੍ਹ ਮੰਤਰੀ ਕੌਣ ਨੇ ਤਾ ਸੁਖਜਿੰਦਰ ਸਿੰਘ ਰੰਦਾਵਾ ਅੱਗੇ ਗੱਲ ਕਰਦੇ ਆਂ ਜੀ ਸੁਖਵਿੰਦਰ ਸਿੰਘ ਸਰਕਾਰੀਆ ਦੀ ਜੋ ਕਿ ਪੰਜਾਬ ਦੇ ਕੈਬਨਿਟ ਮਨਿਸਟਰ ਨੇ ਜਿਨ੍ਹਾਂ ਦੇ ਕੋਲ ਸਹਿਰੀ ਵਿਕਾਸ ਖਾਣ ਅਤੇ ਜਲ ਸਰੋਤ ਵਰਗੇ ਵਿਭਾਗ ਆ ਜਾਂਦੇ ਨੇ ਪ੍ਰਸ਼ਨ ਇਹ ਪੁੱਛਿਆ ਜਾਂਦਾ ਸੀ ਪੰਜਾਬ ਦੇ ਸਹਿਰੀ ਵਿਕਾਸ ਮੰਤਰੀ ਕੌਣ ਨੇ ਤਾਂ ਸੁਖਵਿੰਦਰ ਸਿੰਘ ਸਰਕਾਰੀਆ ਜੇਕਰ ਪੁੱਛਿਆ ਜਾਂਦਾ ਵਾ ਵੀ ਪੰਜਾਬ ਦੇ ਖਾਣ ਮੰਤਰੀ ਕੌਣ ਨੇ ਤਾਂ ਉਹ ਵੀ ਸੁਖਜਿੰਦਰ ਸਿੰਘ ਸਰਕਾਰੀਆ ਨੇ ਜੇਕਰ ਪੁੱਛਿਆ ਜਾਂਦਾ ਵੀ ਜਲ ਸਰੋਤ ਮੰਤਰੀ ਕੌਣ ਨੇ ਪੰਜਾਬ ਦੇ ਤਾਂ ਵੀ ਸੁਖਜਿੰਦਰ ਸਿੰਘ ਸਰਕਾਰੀਆ ਨੇ ਅੱਗੇ ਗੱਲ ਕਰਦੇ ਆ ਜੀ ਗੁਰਪ੍ਰੀਤ ਸਿੰਘ ਕੰਗ ਦੀ ਜੋ ਕਿ ਪੰਜਾਬ ਦੇ ਕੈਬਨਿਟ ਮਨਿਸਟਰ ਨੇ ਜਿਨ੍ਹਾਂ ਦੇ ਕੋਲ ਮਾਲ ਅਤੇ ਕੁਦਰਤੀ ਆਫਤਾਂ ਪ੍ਰਬੰਧਨ ਵਰਗੇ ਜਿਹੜੇ ਵਿਭਾਗ ਆ ਜਾਂਦੇ ਨੇ ਜੇਕਰ ਪੁੱਛਿਆ ਜਾਂਦਾ ਵਾ ਵੀ ਪੰਜਾਬ ਦੇ ਮਾਲ ਮੰਤਰੀ ਕੌਣ ਨੇ ਤਾਂ ਉਹ ਹਨ ਜੀ ਗੁਰਪ੍ਰੀਤ ਸਿੰਘ ਕੰਗ ਜੇਕਰ ਪੁੱਛਿਆ ਜਾਂਦਾ ਵੀ ਪੰਜਾਬ ਦੇ ਕੁਦਰਤੀ ਆਫਤਾਂ ਪ੍ਰਬੰਧਨ ਮੰਤਰੀ ਕੌਣ ਨੇ ਤਾਂ ਉਹ ਵੀ ਗੁਰਪ੍ਰੀਤ ਸਿੰਘ ਕੰਗ ਹੀ ਹੋਣਗੇ ਅੱਗੇ ਆ ਜਾਂਦੇ ਜੀ ਅੱਗੇ ਗੱਲ ਕਰਦੇ ਆਂਗੇ ਬਲਬੀਰ ਸਿੰਘ ਸਿੱਧੂ ਦੀ ਜੋ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਇਹਨਾਂ ਦੇ ਕੋਲ ਇੱਕ ਹੋਰ ਮੰਤਰਾਲੇ ਆ ਜਾਂਦਾ ਬਾਜੀ ਲੇਬਰ ਦਾ ਜੇਕਰ ਪੁੱਛਿਆ ਜਾਂਦਾ ਪੰਜਾਬ ਦੇ ਲੇਬਰ ਮੰਤਰੀ ਕੌਣ ਨੇ ਤਾਂ ਉਹ ਹਨ ਜੀ ਬਲਬੀਰ ਸਿੰਘ ਸਿੱਧੂ ਅੱਗੇ ਗੱਲ ਕਰਦੇ ਆਂ ਜੀ ਵਿਜੇ ਇੰਦਰ ਸਿੰਘਲਾ ਦੀ ਜੋ ਕਿ ਕੈਬਨਿਟ ਮੰਤਰੀ ਨੇ ਪੰਜਾਬ ਦੇ ਜਿਨ੍ਹਾਂ ਦੇ ਕੋਲ ਸਕੂਲੀ ਸਿੱਖਿਆ ਵਿਭਾਗ ਅਤੇ ਪਬਲਿਕ ਕਮਾਂ ਵਰਗੇ ਜਿਹੜੇ ਵਿਭਾਗ ਨੇਗੇ ਉਹ ਆ ਜਾਂਦੇ ਨੇ ਇੱਥੇ ਇਹ ਗੱਲ ਹੋ ਰਹੀ ਆ ਵੀ ਸਕੂਲੀ ਸਿੱਖਿਆ ਦੇ ਮੰਤਰੀ ਦੀ ਜੇਕਰ ਸਕੂਲੀ ਸਿੱਖਿਆ ਦਾ ਮੰਤਰੀ ਪੁੱਛਿਆ ਜਾਂਦਾ ਵਾ ਤਾਂ ਤੁਸੀਂ ਵਿਜੇਂਦਰ ਸਿੰਘਲਾ ਦੇ ਉੱਤੇ ਟਿਕ ਕਰਨਾ ਹੈ ਅਤੇ ਜੇਕਰ ਪੁੱਛਿਆ ਜਾਂਦਾ ਵਾ ਵੀ ਉੱਚ ਸਿੱਖਿਆ ਦੇ ਮੰਤਰੀ ਕੌਣ ਨੇ ਤਾਂ ਉਹ ਹਨ ਜੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇਹ ਗੱਲ ਨੂੰ ਤੁਸੀਂ ਨੋਟ ਕਰਨਾ ਅਤੇ ਪਬਲਿਕ ਕੰਮ ਨੇ ਜਿਹੜੇ ਸਾਰੇ ਉਹ ਵਿਜੇਂਦਰ ਸਿੰਘਲਾ ਦੇ ਅੰਡਰ ਹੀ ਆਉਂਦੇ ਨੇ ਅੱਗੇ ਗੱਲ ਕਰਦੇ ਹਾਂ ਜੀ ਸੁੰਦਰ ਸ਼ਾਮ अरोड़ा ਦੀ ਜੋ ਕਿ ਪੰਜਾਬ ਦੇ ਕੈਬਨਿਟ ਮਨਿਸਟਰ ਨੇ ਜਿਨ੍ਹਾਂ ਦੇ ਕੋਲ ਉਦਯੋਗਿਕ ਅਤੇ ਵਿਕਾਸ ਜਿਹੜਾ ਮੰਤਰਾਲੇ ਆ ਉਹ ਆ ਜਾਂਦਾ ਵਾ ਇਥੇ ਇੱਕ ਗੱਲ ਨੂੰ ਹੋਰ ਯਾਦ ਰੱਖਣਾ ਤੁਸੀਂ ਬਹੁਤ ਸਾਰੀਆਂ YouTube ਵੀਡੀਓ ਦੇ ਵਿੱਚ ਇਹਨਾਂ ਦਾ ਜਿਹੜਾ ਨਾਮ ਆ ਉਹ ਸ਼ਾਮ ਸੁੰਦਰ ਅਰੋੜਾ ਦੱਸਿਆ ਗਿਆ ਵਾ ਜਦਕਿ ਇਹਨਾਂ ਦਾ ਨਾਮ ਹੈਗਾ ਸੁੰਦਰ ਸ਼ਾਮ ਅਰੋੜਾ ਇਹ ਗੱਲ ਨੂੰ ਯਾਦ ਰੱਖਣਾ ਕਿਤੇ ਸ਼ਾਮ ਸੁੰਦਰ ਅਰੋੜਾ ਤੇ ਟਿੱਕ ਨਾ ਕਰਿਆ ਆਇਓ ਅੱਗੇ ਗੱਲ ਕਰਦੇ ਆ ਜੀ ਭਾਰਤ ਪੂਸ਼ਣ ਆਸੂ ਦੀ ਜੋ ਕਿ ਪੰਜਾਬ ਦੇ ਕੈਬਨਿਟ ਮਿਨਿਸਟਰ ਨੇ ਜਿਨ੍ਹਾਂ ਦੇ ਕੋਲ ਫੂਡ ਸਪਲਾਈ ਵਿਭਾਗ ਦਾ ਜਿਹੜਾ ਮੰਤਰਾਲਾ ਹੈ ਉਹ ਆ ਜਾਂਦਾ ਵਾ ਜੇਕਰ ਪੁੱਛਿਆ ਜਾਂਦਾ ਪੰਜਾਬ ਦੇ ਫੂਡ ਸਪਲਾਈ ਮੰਤਰੀ ਕੌਣ ਨੇ ਤਾਂ ਭਾਰਤ ਪੂਸ਼ਣ ਆਸ਼ੂ ਨੇ ਇਹ ਗੱਲ ਨੂੰ ਯਾਦ ਰੱਖਣਾ اے ਸੀ ਜੀ ਪੰਜਾਬ ਦੇ ਮੰਤਰੀ ਮੰਡਲ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਉਮੀਦਵਾਰਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਆ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਇਦਾਂ ਦੇ ਹੀ ਐਜੂਕੇਸ਼ਨਲ ਵੀਡੀਓ ਦੇਖਣ ਦੇ ਲਈ ਤੁਸੀਂ ਹਾਈ ਫਾਈ ਐਗਜ਼ਾਮ ਸਟੱਡੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ